ਬਾਬਾ ਨੰਦ ਸਿੰਘ ਕਹਿੰਦੇ ਨਿੰਦਿਆ ਆਪਣੀ ਰੱਜ ਕੇ ਕਰਨੀ ਹੈ, ਉਸਤਤ ਗੁਰੂ ਨਾਨਕ ਦੀ ਰੱਜ ਕੇ ਕਰਨੀ। ਆਖੋ ਸਤਨਾਮ ਸਿੱਖੀ ਆਏ, ਸਿੱਖੀ ਆਏ। ਇੱਕ ਦਿਨ ਤੂੰ ਉਸ ਪੌੜੀ ਤੇ ਪਹੁੰਚੇ ਜਿੱਥੇ ਤੈਨੂੰ ਆਪਣਾ ਅੰਦਰਲਾ ਵਿਚਾਰਨਾ ਸ਼ੁਰੂ ਹੋ ਜੇ। ਆਖੋ ਸਤਨਾਮ। ਬੜੀ ਪਿਆਰੀ ਪੌੜੀ ਹੈ, ਬੜੀ ਪਿਆਰੀ, ਬਹੁਤ ਪਿਆਰੀ। ਇਹਦਾ ਮੈਂ ਕੀ ਸਵਾਦ ਦੱਸਾਂ। ਬਾਬਾ ਹਰਮਿੰਦਰ ਸਿੰਘ ਸਾਡੇ ਜਿਹੜੇ ਕਾਰ ਸੇਵਾ ਦੀ ਡਿਊਟੀ ਸੰਭਾਲ, ਮੈਨੂੰ ਕਹਿੰਦੇ ਇੱਕ ਜਗ੍ਹਾ ਮੈਂ ਕਾਰ ਸੇਵਾ ਕਰਾ ਰਿਹਾ ਤੇ ਮੈਨੂੰ ਕਿਸੇ ਬੰਦੇ ਨੇ ਆ ਕੇ ਆਖਦਾ ਵੀ ਤੁਹਾਡੀ ਮਿਸਤਰੀਆਂ ਦੀ ਟੀਮ ਬੜੀ ਢਿੱਲੀ ਹੈ, ਤੁਹਾਡੇ ਬੰਦੇ ਬੜੇ ਢਿੱਲੇ। ਮੈਨੂੰ ਕਹਿੰਦੇ ਵੀ ਦੋ ਤਿੰਨ ਬੀਬੀਆਂ ਕੋਲ ਬੈਠੀਆਂ ਸੀ, ਮੈਨੂੰ ਬੜਾ ਫੀਲ ਹੋਇਆ ਉਹਨਾਂ ਸਾਹਮਣੇ ਕਿਹਾ। ਫਿਰ ਮੈਂ ਪਿਆਰ ਨਾਲ ਕਿਹਾ, ਮੈਂ ਕਿਹਾ ਬਾਬਾ ਜੀ ਹੁਣ ਅਗਲੀ ਪੌੜੀ ਚੜ੍ਹ ਜਾਓ। ਕਹਿੰਦੇ ਉਹ ਕਿਹੜੀ? ਮੈਂ ਕਿਹਾ ਜਿਹਦੇ ਮੂੰਹ ਚੋਂ ਨਿਕਲਿਆ ਨਾ ਤੁਹਾਡੀ ਟੀਮ ਬੜੀ ਢਿੱਲੀ ਹੈ, ਜਿਹੜੀਆਂ ਤਿੰਨ ਬੀਬੀਆਂ ਕੋਲ ਬੈਠੀਆਂ ਤੇ ਤੁਸੀਂ ਫੀਲ ਕੀਤਾ ਨਾ ਉਹਨਾਂ ਸਾਹਮਣੇ ਕਿਉਂ ਕਿਹਾ? ਹੁਣ ਇਹਨੂੰ ਪੋਜ਼ਿਟਿਵ ਲਓ, ਪੋਜ਼ਿਟਿਵ। ਪੋਜ਼ਿਟਿਵ ਕੀ? ਹੇ ਕਲਗੀਆਂ ਵਾਲੇ, ਹੇ ਕਲਗੀਆਂ ਵਾਲੇ, ਪੰਜ ਦਸ ਮਿੰਟ ਪਹਿਲੇ ਮੇਰੇ 'ਚ ਕੋਈ ਹੋਮੇ ਆਈ ਹੋਣੀ ਹੈ, ਇਹਦੇ ਮੂੰਹ 'ਚੋਂ ਕਢਾ ਕੇ ਕਿਸੇ ਸਾਹਮਣੇ ਮੇਰੀ ਵੀਕਨੈਸ, ਤੁਸੀਂ ਮੇਰੀ ਹੋਮੇ ਤੋੜੀ ਹੈ। ਕੁਰਸਕੇ ਅੰਦਰ ਅੰਦਰ ਇਹਦੇ ਮੁੱਖ 'ਚੋਂ ਕੁਝ ਕਢਾ ਕੇ ਤੁਸੀਂ ਮੇਰੀ ਜ਼ਿੰਮੇਵਾਰੀ ਵਧਾਉਣੀ ਹੈ। ਆਖੋ ਸਾਹਿਬ ਇਹ ਮੈਂ ਕੀ ਸਵਾਲ ਦੱਸਾਂ? ਆਮ ਬੰਦਾ ਕਲ ਪਏਗਾ ਇਹਨੇ ਆ ਕਿਉਂ ਕਿਹਾ? ਗੁਰਸਿੱਖ ਉਹਦੇ ਕਹੇ ਚੋਂ ਵੀ ਕੁਝ ਲੱਭੇ, ਆਪਣਾ ਅੰਦਰ ਫਰੋਲੇ ਆਪਣੀ ਕਵੀ। ਇਹਨੂੰ ਤਾਂ ਕਹਿੰਦੇ ਬਸ ਨੈ ਨਿੰਦਿਆ ਨਾ ਉਸਤਤ ਜਾ ਕੇ, ਲੋਭ ਮੋਹ ਬਹਾਨਾ ਹਰਕ ਸੋਗ ਦੇ ਰਹੇ ਨਿਆਰ ਨਾ ਹੀ ਮਾਨ ਪਵਾ। ਕਿਸੇ ਨੂੰ ਆਮ ਬੰਦਾ ਉਹਦੇ ਚੋਂ ਕਲਪਨਾ ਲੈਂਦਾ, ਗੁਰਸਿੱਖ ਬੰਦਾ ਉਹਦੇ ਵਿੱਚੋਂ ਵੀ ਰੱਬ ਦੇ ਰੰਗ ਨੂੰ ਵੇਖਦਾ। ਤੂੰ ਇਹ ਦੋ ਮਿੰਟੇ ਦੇ ਮੂੰਹੋਂ ਕੁਝ ਘੁਆਇਆ ਮੇਰੀ ਕਮੀ ਕੱਢਣ ਲਈ। ਆਖੋ ਸਾਹਿਬ ਮੇਰੀ ਕਮਜ਼ੋਰੀ ਕੱਢਣ ਲਈ। ਅੱਜ ਨੀਆਂ ਸੰਗਤ, ਜੇ ਹਰ ਵੀਰਵਾਰ ਤੁਹਾਨੂੰ ਸਤਿਗੁਰੂ ਭੇਜਦੇ ਨੇ ਸਤਸੰਗਤ ਵਿੱਚ, ਇਹੋ ਜਿਹਾ ਪੌੜੀ ਚੜੋ ਹਰ ਇੱਕ ਦੇ ਮੋਬਾਈਲ 'ਚ ਵਟਸਐਪ ਕੋਈ ਇੱਕ ਅੱਧਾ ਹੋਏਗਾ ਜਿਹਦੇ ਲਈ, ਇਹੋ ਜਿਹੀ ਪੌੜੀ ਚੜੋ ਕਿ ਤੁਹਾਡੇ ਹੱਥਾਂ ਤੋਂ ਕੋਈ ਸਵਾਦ ਦੀ ਖਾਤਰ ਕਿਸੇ ਦੀ ਬੇਇੱਜ਼ਤੀ ਹੋ ਰਹੀ ਹੈ, ਇਹੋ ਜਿਹਾ ਵਟਸਐਪ ਅੱਗੇ ਨਾ ਜਾਵੇ। ਅੱਜ ਮੈਂ ਵੀ ਵੇਖਾਂ ਵੀਰਵਾਰ ਸੌਦਾ ਵਿਕਿਆ ਕਿ ਨਹੀਂ, ਜਕਾਰੇ 'ਚ ਪ੍ਰਵਾਨਗੀ ਦਿਓ ਚੰਗੀ ਚੀਜ਼ ਭੇਜਾਂਗੇ। ਆਹਾ ਇੱਕ ਭਾਈ ਵੀ ਜਕਾਰਾ ਦਿਓ ਸਾਰੇ, ਚੰਗੀਆਂ ਚੀਜ਼ਾਂ ਭੇਜੋ। ਪੰਜ ਮਿੰਟ ਸਹਿਯੋਗ ਦੇਣਾ ਜੀ, ਬਸ ਪੂਰਾ ਕਰ ਲਵਾਂ। ਕਲਗੀਆਂ ਵਾਲੇ ਬਾਜਾਂ ਵਾਲੇ, ਕਲਗੀਆਂ ਵਾਲੇ ਬਾਜਾਂ ਵਾਲੇ, ਭੁੱਲ ਨਾ ਜਾਇਓ ਦਿਲਾਵਰ ਖਾਨ, ਸਾਰੇ ਆਪਣੇ ਮੁਖੀਆਂ ਨੂੰ ਬੁਲਾਇਆ ਪਰਿਵਾਰ ਨੂੰ, ਕਹਿੰਦਾ ਮੇਰੇ ਕੋਲ ਗੁਰੂ ਗੋਬਿੰਦ ਸਿੰਘ ਬਰਦਾਸ਼ ਹੀ ਨਹੀਂ ਹੋਏ। ਆਖੋ ਸਾਹਿਬ ਫਿਰ ਮੁੰਡਾ ਉੱਠ ਪਿਆ, ਉਹਦਾ ਪੁੱਤਰ ਉੱਠ ਪਿਆ ਤੇ ਕਹਿੰਦਾ ਪਿਤਾ ਜੀ ਫਿਰ ਮੈਂ ਗੁਰੂ ਗੋਬਿੰਦ ਸਿੰਘ 'ਤੇ ਹਮਲਾ ਕਰਾਂ। ਕਹਿੰਦਾ ਬੇਟਾ ਕਰ, ਮੇਰੇ ਕੋਲ ਬਰਦਾਸ਼ ਹੀ ਨਹੀਂ ਹੁੰਦੇ ਗੁਰੂ ਗੋਬਿੰਦ ਸਿੰਘ। ਮੈਂ ਤਾਂ ਗੱਲ ਸੁਣਾਈ ਪੰਜ ਮਿੰਟ ਲਾ ਕੇ, ਤੁਹਾਡੇ ਜ਼ਿੰਦਗੀ ਦੇ ਦਾਇਰੇ 'ਚ
ਇਹ ਚੀਜ਼ ਘੁੱਟ ਘੁੱਟ ਕੇ ਭਰੀ ਹੋਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤਾ ਸਰਬਤਾ। ਕਿਉਂਕਿ ਜਨਮ ਜਿਹੜਾ ਜਨਮ ਹੈ ਨਾ, ਇਹਦਾ ਕਾਰਨ ਕੁਝ ਹੋ ਮੇਰੀ ਘੜੀ ਤੇ 7:20 ਹੋਏ ਆ, ਤੁਸੀਂ ਕਹੋ ਨਾ ਹੁਣ 7:17 ਅੱਜ ਵੀਰਵਾਰ 8 ਤਰੀਕ ਦੇ, ਕਦੀ ਤੁਹਾਡੀ ਜ਼ਿੰਦਗੀ 2018 ਦੇ ਵੀਰਵਾਰ ਦੇ 7:18 ਵਾਪਸ ਆ ਜਾਣ, ਕਦੀ ਵਾਪਸ ਨਹੀਂ ਆਉਣਾ। ਜੋ ਬੀਤ ਗਿਆ ਹੈ ਫਿਰ ਮਕਸਦ ਕੁਝ ਹੋਰ, ਘੋਟ ਘੋਟ ਕੇ ਭਰ। ਉਹਦਾ ਪੁੱਤਰ ਉੱਠ ਪਿਆ ਕਹਿੰਦਾ ਜੀ ਮੈਂ ਗੁਰੂ ਗੋਬਿੰਦ ਸਿੰਘ ਜੀ 'ਤੇ ਹਮਲਾ ਕਰਦਾ, ਉਹਨਾਂ ਨੂੰ ਮੈਂ ਤੁਹਾਡੀ ਮਨਸ਼ਾ ਪੂਰੀ ਕਰਦਾ ਜੇ ਤੁਹਾਡੇ ਕੋਲ ਨਹੀਂ ਬਰਦਾਸ਼ਤ ਹੋ ਜਾਂਦਾ। ਅਤੇ ਸੁਣਿਓ ਜੀ, ਫੌਜ ਲੈ ਕੇ ਆਇਆ, ਕਈਆਂ ਨੂੰ ਰਾਜ ਲੁੱਟਦਾ ਆਇਆ ਅਤੇ ਜਿੱਥੇ ਉਹ ਅਨੰਦਪੁਰ ਦਾ ਕਿਲ੍ਹਾ ਨਾ, ਅਤੇ ਸਰਸਾ ਨਦੀ ਆ ਗਈ। ਇਹ ਦਿਲਾਵਰ ਖਾਨ ਦਾ ਬੇਟਾ ਕਹਿੰਦਾ ਪਾਣੀ ਬੜਾ ਠੰਡਾ ਹੈ, ਆਕੋ ਸਾਥ ਕਹਿੰਦਾ ਨਦੀ ਦਾ ਪਾਣੀ ਬੜਾ ਠੰਡਾ ਹੈ, ਕਰੀਏ ਕੀ, ਨਦੀ ਪਾਰ ਕਰਾਂ, ਗੁਰੂ ਗੋਬਿੰਦ ਸਿੰਘ ਦੇ ਹਮਲਾ ਕਰਾਂ, ਠੰਡ ਵੀ ਬੜੀ ਪਾਣੀ ਵੀ ਬੜਾ ਠੰਡਾ, ਕੀ ਕਰਾਂ। ਕਾਫੀ ਫੌਜ ਸਰਸਾ ਨਦੀ ਦੇ ਅਜੇ ਪਰੇ। ਕਹਿੰਦੇ ਭਾਈ ਆਲਮ ਸਿੰਘ ਦੀ ਨਜ਼ਰ ਪੈ ਗਈ ਆਖੋ ਸਾਧਨਾ, ਟੁਕੜੀ ਇੱਕ ਦਿਲਾਵਰ ਖਾਨ ਦੇ ਪੁੱਤਰ ਦੀ ਲੈ ਕੇ ਆਈ ਗੁਰੂ ਗੋਬਿੰਦ ਸਿੰਘ ਵਾਲਾ। ਉਹ ਅੰਦਰ ਗਿਆ ਜੀ, ਗੁਰੂ ਗੋਬਿੰਦ ਸਿੰਘ ਜੀ ਕੋਲ ਅੰਦਰ ਗਿਆ ਤੇ ਇਹ ਤੁਹਾਨੂੰ ਆਨੰਦ ਆਏਗਾ, ਮੈਂ ਤਾਂ ਸੀਨ ਇਹ ਲਿਆ ਰਿਹਾ। ਗੁਰੂ ਗੋਬਿੰਦ ਸਿੰਘ ਜੀ ਆਰਾਮ ਕਰ ਰਿਹਾ, ਇੱਕ ਜਕਾਰਾ ਦੇਣਾ ਮੈਂ ਅਗਲੀ ਗੱਲ ਕਰਨ ਲੱਗਾ, ਮੇਰੇ ਲਈ ਵੱਡੀ ਤੁਹਾਡੇ ਲਈ ਵੱਡੀ ਹੋਏਗੀ। ਗੁਰੂ ਗੋਬਿੰਦ ਸਿੰਘ ਆਰਾਮ ਕਰ ਰਹੇ ਹੈ ਅਤੇ ਕਈ ਵਾਰੀ ਅਸੀਂ ਆਰਾਮ ਕਰਦੇ ਹਾਂ ਅਤੇ ਪੈਰਾਂ 'ਤੇ ਚਾਦਰ ਲੈ ਲੈਂਦੇ ਹਾਂ, ਗੋਡਿਆਂ ਤੱਕ ਚਾਦਰ ਲੈ ਲੈਂਦੇ ਹਾਂ, ਥੋੜ੍ਹੀ ਉੱਤੇ ਤੱਕ ਚਾਦਰ ਲੈ ਲੈਂਦੇ ਹਾਂ। ਗੁਰੂ ਗੋਬਿੰਦ ਸਿੰਘ ਆਰਾਮ ਕਰ ਰਿਹਾ ਹੈ ਅਤੇ ਗੁਰੂ ਗੋਬਿੰਦ ਸਿੰਘ ਦੇ ਚਰਨ ਨੰਗੇ ਨੇ ਨਜ਼ਰ ਆ ਰਹੇ, ਇਤਿਹਾਸ ਲਿਖਿਆ। ਅਤੇ ਭਾਈ ਆਲਮ ਸਿੰਘ ਕਹਿੰਦੇ ਆਇਆ ਤਾਂ ਮੈਂ ਸੁਣਿਆ ਦੇਣਾ ਵੀ ਸਰਸਾ ਤੋਂ ਪਰੇ ਮੁਗਲਾਂ ਘੇਰਾ ਪਿਆ, ਕਹਿੰਦਾ ਵੀ ਆਹ ਗੱਫਾ ਮਿਲਦਾ ਪਿਆ ਆਖੋ ਸਾਧਾ। ਮਹਾਰਾਜ ਆਪਣੀ ਮੌਜ ਨੇ, ਆਰਾਮ ਚ ਨੇ, ਚਰਨ ਨੰਗੇ ਨੇ, ਚਰਨ ਨੰਗੇ। ਉਹਨੇ ਸਾਧ ਸੰਗਤ ਭਾਈ ਆਲਮ ਸਿੰਘ ਨੇ ਕੀ ਕੀਤਾ, ਮਹਾਰਾਜ ਦੇ ਚਰਨਾਂ ਨੂੰ ਆਪਣਾ ਮੱਥਾ ਲਾ ਲਾ, ਮੱਥਾ ਪਰਸਤਾ ਚਰਨਾਂ। ਗੁਰੂ ਗੋਬਿੰਦ ਸਿੰਘ ਜੀ ਦੇ ਨੇਤਰ ਖੋਲ ਕੇ ਆਖਿਆ ਆਲਮ ਸਿੰਘ ਜੀ ਕਿਉਂ ਚਰਨ ਪਰਸ ਰਹੇ ਹੋ, ਕਿਉਂ ਚਰਨ ਪਰਸ ਰਹੇ ਹੋ। ਗੁਰੂ ਸੌਂਦਾ ਨਹੀਂ, ਧਿਆਨ ਰੱਖਣਾ, ਸਤਿਗੁਰੂ ਜਾਗਦਾ ਹੈ, ਮੌਜ ਚ ਲੰਮੇ ਪਏ ਹੈ ਮੌਜ। ਮੇਰਾ ਮਨ ਆਇਆ ਬਈ ਜਿਵੇਂ ਉਹਨੇ ਪਰਸੇ ਨਾ, ਤੁਸੀਂ ਇੱਥੇ ਬੈਠੇ ਪਰਸ ਲਓ, ਬੈਠੇ ਹੀ ਹੋਏ ਤੁਸੀਂ ਬੈਠੇ ਆ, ਪਰਸ ਲਓ। ਚਰਣਾ ਕੋ
ਜਾਂ ਪਾਇਆ ਅਗਮਿਆ ਪਾਰਾ, ਗੁਰੂ ਨਾਨਕ ਮਿਲਿਆ ਪਾਰ ਬ੍ਰਹਮ ਤੇਰਿਆਂ ਚਰਣਾ ਕੋ ਬਲੇ ਪਾਰਾ, ਚਰਣਾ ਕੋ ਬਲੇ ਪਾਰਾ, ਤੇਰਿਆਂ ਚਰਣਾ ਕੋ ਬਲੇ ਪਾਰਾ। ਚਰਨ ਕਮਲ ਜਾ ਕੇ ਅਨੂਪ, ਚਰਨ ਕਮਲ ਚਰਨ ਕਮਲ ਜਾ ਕੇ ਅਨੂਪ, ਸਫਲ ਦਰਸ਼ਨ ਸੁੰਦਰ ਹਲ ਰੂਪ। ਕਲਗੀਆਂ ਵਾਲੇ ਜੀ ਮੇਰੇ ਪਾਜਾਂ ਵਾਲੇ ਜੀ, ਕਲਗੀਆਂ ਵਾਲੇ ਜੀ ਮੇਰੇ ਪਾਜਾਂ ਵਾਲੇ ਜੀ। ਚਰਣਾ ਕੋ ਬਲਿਹਾਰਾ ਤੇਰਿਆ, ਚਰਣਾ ਕੋ ਬਲਿਹਾਰਾ, ਚਰਣਾ ਕੋ ਬਲਿਹਾਰਾ। ਬੜੀ ਵੱਡੀ ਭਗਤੀ ਜੀ, ਚਰਨਾ ਕੋ ਬਲੇ, ਗੱਜ ਕੇ ਆਖੋ ਸਤਨਾਮ, ਇਹੋ ਹੀ ਕਰਿਓ। ਹੁਸ਼ਿਆਰਪੁਰ ਦਾ ਭਾਈ ਦੇਊ ਹੋਇਆ, ਭਾਈ ਵੀਰ ਸਿੰਘ ਨੇ ਲਿਖਿਆ, ਇਹਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਮਾਲੀ ਦਾ ਕੰਮ ਸਿਖਾਇਆ। ਆਹ ਸਾਡਾ ਬਾਬਾ, ਹੈਰਾਨ ਉਹਨਾਂ ਕਲਗੀਆਂ ਵਾਲੇ ਵੇਖ ਕੇ। ਗੁਰਬਾਣੀ ਵੀ ਕੰਠ ਸਿਖਾਉਂਦੇ ਆ, ਸ਼ੁੱਧ ਸਿਖਾਉਂਦੇ ਆ, ਕੀਰਤਨ ਵੀ, ਰਬਾਬ ਵੀ, ਬਾਜਾ ਵੀ, ਸਾਰਾ ਕੁਝ, ਹੋਰ ਤੰਤੀ ਸਾਜ ਵੀ, ਸਿੱਖਾਂ ਨੂੰ ਮਾਲੀ ਦਾ ਕੰਮ ਵੀ। ਗੱਲ ਧਿਆਨ ਨਾਲ ਸੁਣਿਓ, ਜਿਹੜੀ ਮਾੜੀ ਚੱਲੀ ਹੈ। ਮੈਨੂੰ ਨਹੀਂ ਪਤਾ ਤੁਸੀਂ ਅੰਤ ਨਾ ਸਿਫਤੀ ਕਹਿਣ ਨਾ ਅੰਤ ਜਦੋਂ ਬੋਲਦੇ ਹੋ, ਕਿਹਨੂੰ ਕਹਿ ਰਹੇ ਹੋ ਤੇਰਾ ਅੰਤ ਨਹੀਂ। ਇਹ ਭਗਤੀ ਕਰਿਓ ਭਾਈ ਆਲਮ ਸਿੰਘ ਵਰਗੀ, ਆ ਬੋਲਣਾ ਨਾ ਅੰਤ ਨਾ ਸਿਫਤੀ ਕਹਿਣ ਨਾ ਅੰਤ, ਤੇ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਦਾ ਧਿਆਨ ਹੋਵੇ। ਸਾਡਾ ਪਰਮੇਸ਼ਰ ਤੋਂ ਹੀ ਹੈ ਤੇਰੇ ਚਰਨਾਂ ਦਾ ਧਿਆਨ। ਇਹ ਭਾਈ ਦੇਊ ਹੋਇਆ, ਭਾਈ ਵੀਰ ਸਿੰਘ ਦੀਆਂ ਕਿਤਾਬਾਂ ਪੜ੍ਹਿਓ, ਜਿਹਨੂੰ ਗੁਰੂ ਗੋਬਿੰਦ ਸਿੰਘ ਨੇ ਮਾਲੀ ਦਾ ਕੰਮ ਆਪ ਸਿਖਾਇਆ, ਬੂਟੇ ਸੰਭਾਲਣ ਦਾ। ਤੇ ਭਾਈ ਵੀਰ ਸਿੰਘ ਨੇ ਇਹਨਾਂ ਦੀ ਅਵਸਥਾ ਲਿਖੀ ਹੈ, ਕਹਿੰਦੇ ਅਵਸਥਾ ਇਸ ਤਰ੍ਹਾਂ ਸੀ, ਹਰ ਵੇਲੇ ਅੰਦਰ ਵਾਹਿਗੁਰੂ ਚੱਲਦਾ ਸੀ, ਹਰ ਵੇਲੇ ਵਾਹਿਗੁਰੂ। ਗੱਲ ਨੂੰ ਬੜੇ ਧਿਆਨ ਨਾਲ ਸੁਣਿਓ, ਜਾਪ ਵਾਹਿਗੁਰੂ ਚੱਲ ਰਿਹਾ, ਆ ਸਿਹਰੇ ਨਾ, ਸਿਰ ਦੇ ਉੱਤੇ, ਸੀਸ ਦੇ ਉੱਤੇ ਇਹੋ ਜਿਹੀ ਭਾਵਨਾ ਹੁੰਦੀ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਸੁੱਚਾ ਪਹਿਰਾ ਮੇਰੇ ਨਾਲ ਏ। ਜਿੰਨਾ ਵਾਹਿਗੁਰੂ ਜਪਦਾ ਸੀ ਸੁਰਤ, ਗੁਰੂ ਗੋਬਿੰਦ ਸਿੰਘ ਦੇ ਸਰੂਪ ਦੇ ਚਰਨਾਂ ਦੇ ਵਿੱਚ ਇਹ ਭਾਈ ਦੇਊ ਦੀ ਅਵਸਥਾ ਸੀ। ਆਖੋ ਸਾਹਿਬ, ਨਾ ਮਨ ਜੁੜੇਗਾ ਮੈਨੂੰ ਫੜ ਲਿਆ, ਅਸੀਂ ਨਿਸ਼ਾਨਾ ਹੀ ਨਹੀਂ ਰੱਖਿਆ। ਦਸਾਂ ਪਾਤਸ਼ਾਹੀਆਂ ਚੋਂ ਜਿੱਥੇ ਛੱਡਦਾ ਇੱਕੋ ਜੋਤ, ਨਾ ਮਨ ਜੁੜੇਗਾ ਤਾਂ ਕੀ ਦੱਸੋ। ਕਾਬਲ ਦੀ ਸੰਗਤ ਨੇ ਕਿਹਾ ਸੀ ਗੁਰੂ ਹਰਿ ਸਾਹਿਬ, ਮਾਰੇ ਕਾਬਲ ਤੇ ਮਾਰੇ ਕਹਿੰਦੇ ਰਝੇਵੇਂ ਬਹੁਤ। ਗੁਰੂ ਹਰਿ ਸਾਹਿਬ ਨੇ ਸਿੱਖ ਵੱਲ ਇਸ਼ਾਰਾ ਕਰਤਾ, ਭਾਈ ਗੋਂਦਿਆ ਇਹਨੂੰ ਲੈ ਜਾਓ,
ਇਹਨੂੰ ਲੈ ਜਾਓ ਕਾਬਲ। ਤਾਂ ਸਾਰੀ ਸੰਗਤ ਕਹਿੰਦੀ ਮਹਾਰਾਜ ਸਿੱਖ ਨੂੰ ਕੀ ਕਰਨਾ, ਤੁਸੀਂ ਚੱਲੋ। ਗੁਰੂ ਹਰਿ ਸਾਹਿਬ ਦੇ ਮੁੱਖ ਚੋਂ ਨਿਕਲਿਆ ਇਹਦੇ ਵਿੱਚੋਂ ਤੁਹਾਨੂੰ ਮੇਰੇ ਦਰਸ਼ਨ ਹੋਣਗੇ, ਇਹਦੇ ਵਿੱਚੋਂ ਮੇਰੇ। ਸੰਗਤ ਖੁਸ਼ ਹੋ ਗਈ, ਮਹਾਰਾਜ ਭਜਨ ਕਰ। ਹੁਣ ਉਹ ਉਦਾਸ ਹੋ ਗਿਆ ਭਾਈ ਗੋਂਦਾ, ਵੀ ਤੂੰ ਕਿਉਂ ਉਦਾਸ ਹੋ ਗਿਆ? ਕਹਿੰਦਾ ਜੀ ਇਹਨਾਂ ਦਾ ਕੋਟਾ ਪੂਰਾ ਕਰਤਾ, ਮੇਰਾ ਖੁਸਾ ਇਹਨਾਂ ਨੂੰ ਮੇਰੇ ਚੋਂ ਤੁਹਾਡੇ ਦਰਸ਼ਨ ਮੈਨੂੰ ਕਿਹਦੇ ਚੋਂ ਹੋਣਗੇ? ਇਤਿਹਾਸ ਹੈ ਵੀ ਗੁਰੂ ਹਰਿ ਸਾਹਿਬ ਕਹਿੰਦੇ ਜਿਹੜਾ ਸਵੇਰੇ ਨੇਮ ਕਰੋਗੇ ਨਾ ਦੋ ਤਿੰਨ ਘੰਟੇ, ਤੇ ਸਾਹਮਣੇ ਚਾਦਰ ਵਿਛਾ ਲੈਣਾ ਖਾਲੀ, ਆਪ ਸਾਹਮਣੇ ਬਹਿ ਕੇ ਨੇਮ ਕਰਨਾ ਤੇ ਭਾਵਨਾ ਬਣਾਉਣੀ, ਸਿਰਫ ਚਾਦਰ ਤੇ ਅਸੀਂ ਬੈਠੇ ਹਾਂ, ਰੋਜ਼ ਤੁਹਾਨੂੰ ਦਿਦਾਰੇ ਦਿਆਂਗੇ, ਰੋਜ਼ ਝਲਕਾਰੇ ਦਿਆਂਗੇ, ਤੁਹਾਡੀ ਭਾਵਨਾ ਪੂਰੀ ਕਰਾਂਗੇ। ਆ ਭਗਤੀ ਹੈ ਰਸ, ਤੁਸੀਂ ਕਿਹੜੀ ਕਰਦੇ ਹੋ ਮੈਨੂੰ ਨੀ ਪਤਾ, ਪਰ ਗੱਲ ਆ ਜਾਂਦੀ ਵਿੱਚੋਂ। ਜਿੰਨੀ ਬਾਣੀ ਪੜੋ ਧਿਆਨ ਆਪਣੇ ਗੁਰਦੇਵ ਦਾ ਧਰਿਆ ਕਰੋ, ਬਾਜਾ ਮਾਲਕ ਦਾ। ਕਿਸੇ ਦਾ ਮਨ ਨਹੀਂ ਜੁੜੇਗਾ, ਮੈਂ ਗੁਰੂ ਦੀ ਕਿਰਪਾ ਨਾਲ ਕਹਿੰਦਾ, ਕੋਈ ਗੁੰਜਾਇਸ਼ ਹੀ ਨਹੀਂ ਇਹ ਗੱਲ ਕਹਿਣ ਦੀ ਜੀ ਮਨ ਨਹੀਂ ਜੁੜਿਆ। ਆਖੋ ਸਾਧੂ ਹਾਂ, ਜੇ ਨਿਸ਼ਾਨਾ ਸਾਹਮਣੇ ਮੈਂ ਗੁਰੂ ਦੇ ਚਰਨਾਂ 'ਚ ਬਹਿ ਕੇ ਕਹਿ ਰਿਹਾ। ਅਮਰੀਕਾ ਵਿੱਚ ਕੁਝ ਗੌਰਮੈਂਟ ਵੱਲੋਂ ਕਿਸੇ 'ਤੇ ਪ੍ਰੋਬਲਮ ਆਈ, ਉੱਥੋਂ ਦੇ ਕੋਈ ਕਾਗਜ਼ਾਂ ਦੀ ਕਮੀ ਕਰਕੇ ਕੋਈ ਪ੍ਰੋਬਲਮ, ਬਈ ਤੁਹਾਡੀ ਚੈਕਿੰਗ ਹੋਣੀ ਕੁਝ ਹੋਣਾ। ਮੈਨੂੰ ਕਹਿੰਦੇ ਕਿਵੇਂ, ਮੈਂ ਕਿਹਾ ਤੁਸੀਂ ਕੋਈ ਨਹੀਂ, 11 ਜਪਜੀਤ ਸਾਹਿਬ 11 ਚੁਪਈ ਸਾਹਿਬ ਵਧਾਓ। ਉਹਨਾਂ ਵਧਾਏ, 10 ਦਿਨ ਬਾਅਦ ਮੈਨੂੰ ਕਹਿੰਦੇ ਬਈ ਪ੍ਰੋਬਲਮ ਹੱਲ ਨਹੀਂ ਹੋ ਰਹੀ, ਕੋਈ ਨਾ ਕੋਈ ਫੋਨ ਇਸ ਤਰ੍ਹਾਂ ਕਾਰਵਾਈ ਅੱਗੇ ਤੁਰੀ ਜਾ ਰਹੀ ਤੇ ਹੱਲ ਨਹੀਂ ਹੋ ਰਿਹਾ। ਫਿਰ ਦਾਸ ਨੇ ਬੇਨਤੀ ਕੀਤੀ, ਮੈਂ ਕਿਹਾ ਮੈਨੂੰ ਨਹੀਂ ਪਤਾ ਚੁਪਈ ਸਾਹਿਬ 11 ਕਿਵੇਂ ਕਰ ਰਹੇ ਹੋ, ਜਪਜੀ ਸਾਹਿਬ 11 ਕਿਵੇਂ ਕਰ ਰਹੇ ਹੋ, ਤੁਰ ਫਿਰ ਕੇ ਕਰ ਰਹੇ ਹੋ ਕਿ ਰੋਟੀ ਪਕਾਉਂਦੇ ਕਰ ਰਹੇ ਹੋ, ਖਾਣਾ ਬਣਾਉਂਦੇ ਕਰ ਰਹੇ ਹੋ, ਕਿ ਸਫ਼ਰ 'ਤੇ ਜਾਂਦਿਆਂ ਕਰ ਰਹੇ ਹੋ, ਇਹ ਤੁਹਾਨੂੰ ਪਤਾ। ਪਰ ਮੈਂ ਕਿਹਾ ਮੈਂ ਗੁਰੂ ਦੀ ਕਿਰਪਾ ਨਾਲ ਕਹਿੰਦਾ ਕੱਲ੍ਹ ਤੋਂ ਇੰਜ ਚਾਦਰ ਵਿਛਾਓ, ਸੋਹਣੀ ਸੁੱਚੀ ਮੋਟੀ ਚਾਦਰ ਸੁੱਚੀ, ਉਹਦੇ ਸਾਹਮਣੇ ਆਪ ਬਹਿ ਜਾਓ, ਦੂਜੀ ਚਾਦਰ ਵਿਛਾ ਲਓ, ਸਿਰਫ ਭਾਵਨਾ ਬਣਾ ਲਓ। ਉਹ ਜਿਹੜੀ ਸੁੱਚੀ ਚਾਦਰ ਵਿਛਾਈ ਹੈ, ਸਿਰਫ ਭਾਵਨਾ ਬਣਾ ਲਓ, ਉਸ ਚਾਦਰ 'ਤੇ ਗੁਰੂ ਗੋਬਿੰਦ ਸਿੰਘ ਹਾਜ਼ਰ ਬੈਠੇ ਹੈ। ਹੁਣ ਪੜ੍ਹੋ ਜਪਜੀ ਸਾਹਿਬ, ਹੁਣ ਪੜ੍ਹੋ ਚਪਜੀ ਸਾਹਿਬ, ਸਿੱਧੀ ਤੁਹਾਡੀ ਚਿੱਠੀ ਡਾਇਰੈਕਟ ਪਹੁੰਚੂ। ਆਖੋ ਸਾਹਿਬ ਨਿਸ਼ਾਨਾ ਆ ਗਿਆ, ਆਪਣੇ ਗੁਰੂ ਚੋਂ ਪਰਮੇਸ਼ਰ ਵੇਖ ਲਿਆ, ਭਾਵਨਾ ਬਣਾ। ਯਕੀਨ ਜਾਣਿਓ ਪਤਾ ਨਹੀਂ ਕਿੰਨੀ ਕੁ ਵੱਡੀ ਬਿਪਤਾ। ਇੰਜ ਆਸਣ ਲਾ ਕੇ ਜਦੋਂ ਜਪਜੀਤ ਸਾਹਿਬ ਚਪਈ ਸਾਹਿਬ ਚਰਨਾਂ ਦਾ ਧਿਆਨ ਧਰ ਕੇ ਭਾਵਨਾ ਬਣਾਈ ਬੈਠਾ, ਜਿਵੇਂ ਪਾਸਾ ਪਲਟਣਾ ਨਹੀਂ ਸ਼ੁਰੂ ਹੋ ਜਾਂਦਾ, ਅੱਜ ਹੋਰ ਕੱਲ ਹੋਰ, ਹਫ਼ਤੇ ਸਭ ਕੁਝ ਫੇਨੇ, ਅਗਲੇ ਹਫ਼ਤੇ ਹੋਰ ਫੇਨੇ, ਅਗਲੇ ਹਫ਼ਤੇ ਹੋਰ ਫੇਨੇ। ਇਹ ਸਰਗੁਣ ਭਗਤੀ ਹੈ, ਨਿਰਗੁਣ ਵੀ ਪ੍ਰਵਾਨ ਹੈ, ਸਰਗੁਣ ਵੀ ਪ੍ਰਵਾਨ ਹੈ। ਨਿਰਗੁਣ ਰੂਪ ਰੰਗ ਦਾ ਕੋਈ, ਸਰਗੁਣ ਕੋਈ ਧਿਆਨ ਰੂਪ ਆਪਣੇ ਇਸ਼ਟ ਦਾ ਮਾਲਕ ਦਾ ਵਾਜਾਲੇ ਦਾ ਧਰਨ। ਤੇ ਬਾਬੇ ਨੰਦ ਸਿੰਘ ਦੇ ਬਚਨ ਨੇ, ਕਹਿੰਦੇ ਇੱਕ ਕੀੜੀ ਨੇ ਗੁਰਦੁਆਰੇ ਦੇ ਬੁਰਜ ਤੇ ਪਹੁੰਚਣਾ ਹੋਵੇ ਤੇ ਕਈ ਮਹੀਨੇ ਲੱਗ ਜਾਣਗੇ। ਆਖੋ ਸਾਥ, ਪੰਛੀ ਨੇ ਪਹੁੰਚਣਾ ਹੋਵੇ ਇੱਕ ਮਿੰਟ ਨਹੀਂ ਲੱਗੂ, ਉਡਾਰੀ ਮਾਰੇਗਾ ਤੇ ਗੁਰਦੁਆਰੇ ਦੇ ਬੁਰਜ ਤੇ ਪਹੁੰਚ ਜਾਏਗਾ। ਕਹਿੰਦੇ ਸੀ ਸਰਗੁਣ ਭਗਤੀ ਪੰਛੀ ਦੀ ਉਡਾਰੀ ਹੈ, ਨਿਰਗੁਣ ਭਗਤੀ ਕੀੜੀ ਦੀ ਚਾਲ ਹੈ। ਆ ਸਰਗੁਣ ਭਗਤੀ, ਜਿੰਨੀਆਂ ਸੰਗਤਾਂ ਘਰ ਨਿਤਨੇਮ ਕੱਲਿਆਂ ਨਾ ਕਰਿਆ ਕਰੋ,
ਭਾਈ ਦੇਊ ਵਾਂਗੂ ਗੁਰੂ ਨੂੰ ਨਾਲ ਲੈ ਕੇ, ਜੇ ਅੰਤ ਨਾ ਸਿਵਤੀ ਉਹਨੂੰ ਨਾਲ ਲੈ ਕੇ ਕਹਿ ਕਿਨੂੰ ਰਹਿ ਜਾਣਾ। ਜੇ ਬੋਲਣੇ ਆ ਕਈ ਕੋਟ ਹੋਏ ਪੁਜਾਰੀ, ਕਈ ਕੋਟ ਆਚਾਰ, ਕਿਨੂੰ ਕਹਿ ਰਿਹਾ? ਗੁਰੂ ਨੂੰ ਨਾਲ ਲੈ ਕੇ। ਹੋ ਸਕੇ ਕਮਰਾ ਘਰ ਆ ਜਾ ਦੇਵੇ, ਮਾੜੀ ਜਿਹੀ ਜਗ੍ਹਾ ਹੀ ਨੁੱਕਰ ਚਾਹੀਦੀ। ਭਾਈ ਆਲਮ ਸਿੰਘ ਅੰਦਰ ਸੁਨਿਆ ਦੇਣ ਗਏ ਹੈ, ਸਰਸਾ ਤੋਂ ਪਰੇ ਮੁਗਲਾਂ ਨੇ ਘੇਰਾ ਪਾਇਆ ਤੇ ਚਰਨ ਨੰਗੇ ਸੀ, ਉਹਨਾਂ ਨੇ ਚਰਨਾਂ ਨੂੰ ਸਾਧ ਸੰਗਤ ਜੀ ਆਪਣੀ ਹਾਜ਼ਰੀ ਲਾਈ, ਮਸਤਕ ਦੇ ਨਾਲ ਪਰਸਿਆ ਤੇ ਮਹਾਰਾਜ ਕਹਿੰਦੇ ਕਿਉਂ ਪਰਸ ਰਹੇ ਹੋ? ਕਹਿੰਦੇ ਮਹਾਰਾਜ ਇਸ ਤਰ੍ਹਾਂ ਤੁਰਕਾਂ ਦਾ ਦਲ ਆਇਆ। ਤੇ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਫਿਰ ਸਾਰੇ ਸਿੰਘਾਂ ਨੂੰ ਸਾਡਾ ਹੁਕਮ ਦੇ ਦਿਓ ਕਿ ਯੁੱਧ ਲਈ ਸੁਚੇਤ ਹੋ ਜਾਓ। ਆਖੋ ਸਤਿਨਾਮ। ਯੁੱਧ ਲਈ ਸੁਚੇਤ ਹੋ ਜਾਓ। ਉਹ ਜਦੋਂ ਹੁਕਮ ਦਿੱਤਾ ਨਾ ਯੁੱਧ ਲਈ ਸੁਚੇਤ ਹੋ ਜਾਓ ਤੇ ਸਿੰਘਾਂ ਨੇ ਇੰਨੇ ਚਕਾਰੇ ਛੱਡੇ। ਉਹ ਜਿਹੜਾ ਦਿਲਾਵਰ ਖਾਨ ਪਠਾਨ ਦਾ ਮੁੰਡਾ ਆਇਆ ਸੀ ਨਾ ਡੀਕ ਮਾਰ ਕੇ, ਸਰਸਾ ਤੇ ਟੱਪਿਆ ਹੀ ਨਹੀਂ, ਪਾਣੀ ਬੜਾ ਠੰਡਾ, ਠੰਡ ਵੀ ਬੜੀ ਹੈ। ਜਦੋਂ ਸਿੰਘਾਂ ਦੇ ਜਕਾਰੇ ਸੁਣੇ ਕਹਿੰਦਾ ਇਹ ਤਾਂ ਫੌਜ ਬੜੀ ਤਗੜੀ ਹੈ, ਕਹਿੰਦਾ ਸਰਸਾ ਪਾਰ ਕਰ ਵੀ ਗਏ ਤੇ ਸਾਰਾ ਭਿੱਜ ਜਾਣਾ, ਹਥਿਆਰ ਨਹੀਂ ਚੱਲਣੇ, ਹਥਿਆਰ ਚੱਲ ਵੀ ਗਏ ਤੇ ਲੱਗਦਾ ਅਸੀਂ ਜਿੱਤਣਾ ਨਹੀਂ, ਵਾਪਸ ਹੀ ਚਲੇ ਜਾਈਏ। ਆਖੋ ਸਾਧਨਾ। ਕਹਿੰਦੇ ਜਦੋਂ ਵਾਪਸ ਗਿਆ ਤੇ ਫਿਰ ਦਿਲਾਵਰ ਖਾਨ ਦਾ ਜਿਹੜਾ ਇੱਕ ਜਰਨੈਲ, ਉਹਦਾ ਨਾਂ ਆਇਆ ਹੁਸੈਨੀ, ਫਿਰ ਉਹ ਫੌਜ ਲੈ ਕੇ ਆਇਆ ਜਿਹੜਾ ਮਹਾਰਾਜ ਤੱਕ ਪਹੁੰਚ ਨਹੀਂ ਸਕਿਆ। ਰਸਤੇ ਵਿੱਚ ਹੀ ਸਾਧ ਸੰਗਤ ਮਾਰਿਆ ਗਿਆ। ਉਹ ਜਦੋਂ ਰਸਤੇ 'ਚ ਮਾਰਿਆ ਗਿਆ ਤੇ ਗੁਰੂ ਗੋਬਿੰਦ ਸਿੰਘ ਕਹਿੰਦੇ ਅਕਾਲ ਪੁਰਖ ਨੇ ਆਪਣੇ ਯੋਰ ਨਾਲ ਦਿਲਾਵਰ ਖਾਨ ਦੇ ਜਰਨੈਲ ਨੂੰ ਹੁਸੈਨੀ ਨੂੰ ਸਾਡੇ ਤੱਕ ਪਹੁੰਚਣ ਹੀ ਨਹੀਂ ਦਿੱਤਾ। ਐਡਾ ਅਕਾਲ ਪੁਰਖ ਨੇ ਯੋਰ ਨਾਲ ਰਾਜ ਹੀ ਖਤਮ ਕਰਤਾ, ਕਹਿੰਦੇ ਬੱਚੇ ਦਾ ਨਾਂ ਯੋਰਾਵਾਰ ਸਿੰਘ ਰੱਖਿਆ ਜਾਵੇ। ਆਖੋ ਸਾਧ। ਆਓ ਪੜਿਓ ਪਿਆਰ ਨਾਲ, ਸਾਰੇ ਕਿਰਪਾ ਕਰਿਓ ਜੀ। ਰਾਮ ਜਪੋ ਰਾਮ ਜਪੋ ਜੀ ਐਸੇ ਐਸੇ ਰਾਮ ਜਪੋ ਰਾਮ ਜਪੋ ਰਾਮ ਜਪੋ ਜੀ ਐਸੇ ਐਸੇ ਰਾਮ ਜਪੋ। ਕਰੂ ਪ੍ਰਹਿਲਾਦ ਜਪਿਓ ਹਰਿ ਜੈਸੇ, ਸ਼੍ਰੋਮਣੀ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ, ਐਸੇ ਮਹਾਨ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਨੇ ਆਪਣਾ ਤਰਸ ਕਰਕੇ ਆਪਣੇ ਜਨਮ ਅਸਥਾਨ ਸ਼੍ਰੀ ਪਹੁਵਿੰਡ ਸਾਹਿਬ ਨਜ਼ਦੀਕ ਭਿੱਖੀ ਪਿੰਡ ਦੀ ਕਾਰ ਸੇਵਾ ਕਰਨਲ ਜੀ ਐਸ ਸੰਧੂ ਜੀ, ਕੈਪਟਨ ਬਲਵੰਤ ਸਿੰਘ ਜੀ, ਲੋਕਲ ਕਮੇਟੀ ਅਤੇ ਸੰਗਤਾਂ ਦੇ ਸਹਿਯੋਗ ਸਦਕਾ ਬੀਬੀ ਕੌਲਾਂ ਜੀ ਭਲਾਈ ਕੇਂਦਰ ਚੈਰੀਟੇਬਲ ਟਰੱਸਟ ਅਤੇ ਭਾਈ ਸਾਹਿਬ ਭਾਈ ਗੁਰਇਕਬਾਲ ਸਿੰਘ ਜੀ ਦੀ ਝੋਲੀ ਪਾਈ ਹੈ। ਟਰੱਸਟ ਵੱਲੋਂ ਬਾਬਾ ਹਰਮਿੰਦਰ ਸਿੰਘ ਜੀ,
ਕਾਰ ਸੇਵਾ ਦੀ ਡਿਊਟੀ ਨਿਭਾ ਰਹੇ ਹਨ। ਹੁਣ ਇਸੇ ਹੀ ਬਾਬਾ ਦੀਪ ਸਿੰਘ ਜੀ ਦੇ ਜਨਮ ਅਸਥਾਨ ਤੇ ਸੰਗਤਾਂ ਦੀ ਆਮਦ ਬਹੁਤ ਵਧਣ ਕਰਕੇ ਇੱਕ ਬਹੁਤ ਹੀ ਖੂਬਸੂਰਤ ਵੱਡੇ ਦੀਵਾਨ ਹਾਲ ਦੀ ਕਾਰ ਸੇਵਾ ਚੱਲ ਰਹੀ ਹੈ। ਭਾਈ ਸਾਹਿਬ ਭਾਈ ਗੁਰ ਇਕਬਾਲ ਸਿੰਘ ਜੀ ਵੱਲੋਂ ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ, ਹਰ ਪੱਖ ਤੋਂ ਆਪ ਜੀ ਦੇ ਸਹਿਯੋਗ ਅਤੇ ਆਸੀਸ ਦੀ ਲੋੜ ਹੈ ਜੀ।